ਜਮਾਤ 9ਵੀਂ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਸਾਹਿਤ ਦਾ ਇਹ ਅਲਬੇਲਾ ਕਵੀ 17 ਦਸੰਬਰ 1881 ਈਸਵੀ ਨੂੰ ਪਿਤਾ ਸਰਦਾਰ ਕਰਤਾਰ ਸਿੰਘ ਤੇ ਮਾਤਾ ਪਰਮਾਦੇਵੀ ਦੇ ਘਰ ਐਪਟਾਬਾਦ ਦੇ ਨੇੜੇ ਪਿੰਡ ਸਲਹੜਤ ਵਿਖੇ ਜਨਮਿਆ ਪ੍ਰੋਫੈਸਰ ਪੂਰਨ ਸਿੰਘ ਨੇ ਜਾਪਾਨ ਵਿੱਚ ਉੱਚ ਵਿਦਿਆ ਪ੍ਰਾਪਤ ਕੀਤੀ ਆਪ ਇੱਕ ਵਿਗਿਆਨੀ ਫਿਲਾਸਫਰ ਤੇ ਮਹਾਨ ਕਵੀ ਸਨ ਕਵਿਤਾ ਦੇ ਨਾਲ-ਨਾਲ ਆਪਨੇ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਉੱਚ ਪੱਧਰ ਦੀ ਵਾਰਤਕ ਵੀ ਲਿਖੀ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਾਰਤਕਮਈ ਅਤੇ ਵਾਰਤਕ ਕਾਵਮਈ ਹੈ ਕਵਿਤਾ ਵਿੱਚ ਦਰਿਆ ਵਰਗਾ ਵਹਿਣ ਹੈ ਇਹਨਾਂ ਨੇ ਆਪਣੀ ਕਵਿਤਾ ਵਿੱਚ ਪੰਜਾਬ ਦੀ ਧਰਤੀ ਇੱਥੋਂ ਦੇ ਲੋਕ ਤੇ ਇੱਥੋਂ ਦੇ ਸੱਭਿਆਚਾਰ ਦਾ ਰਿਪਟਾ ਕੀਤਾ ਹੈ ਇਹਨਾਂ ਦੇ ਤਿੰਨ ਕਾਵ ਸੰਗ੍ਰਹਿ ਖੁੱਲੇ ਮੈਦਾਨ ਖੁੱਲੇ ਕੁੰਡ ਖੁੱਲੇ ਅਸਮਾਨੀ ਰੰਗ ਅਤੇ ਖੁੱਲੇ ਲੇਖ ਵਾਰਤਕ ਰਚਨਾ ਦੀਆਂ ਪ੍ਰਸਿੱਧ ਪਸਤਕਾਂ ਹਨ ਕਵਤਾ ਪੰਜਾਬ ਦੇ ਮਜ਼ੂਰ ਓਏ ਮਜ਼ੂਰ ਚੰਗੇ ਲੱਗਦੇ ਨੇ ਨਿੱਕੇ ਨਿੱਕੇ ਖਿਆਲ ਇਹਨਾਂ ਦੇ ਉਹਨਾਂ ਵਿੱਚ ਟਲੀਆਂ ਇਹਨਾਂ ਦੀਆਂ ਜ਼ਿੰਦਗੀਆਂ ਸਾਦੇ ਸਾਦੇ ਚਿਹਰੇ ਬੇਨਕਾਬ ਜਹੇ ਨਾ ਛੁਪਦੇ ਨਾ ਛੁਪਾਂਦੇ ਕੁਝ ਆਪਣਾ ਨੰਗੇ ਨੰਗੇ ਦਿਲ ਇਹਨਾਂ ਦੇ ਭੋਲੇ-ਭਾਲੇ ਲੋਕ ਤੇ ਆਲੀਆਂ ਭੋਲੀਆਂ ਗੱਲਾਂ ਇਹਨਾਂ ਦੀ ਗਰੀਬੀ ਨਿੱਕੀ ਇਹਨਾਂ ਦਾ ਸੰਤੋਖ ਵੱਡਾ ਇਹ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਠਾਰਦੇ ਓਏ ਮਜ਼ੂਰ ਚੰਗੇ ਲੱਗਦੇ ਵਿਆਖਿਆ ਕਵੀ ਕਹਿੰਦਾ ਹੈ ਮੈਨੂੰ ਮਜ਼ਦੂਰ ਬਹੁਤ ਚੰਗੇ ਲੱਗਦੇ ਹਨ ਇਹਨਾਂ ਦੀਆਂ ਜ਼ਿੰਦਗੀਆਂ ਮੈਨੂੰ ਇਹਨਾਂ ਦੇ ਨਿੱਕੇ-ਨਿੱਕੇ ਖਿਆਲਾਂ ਵਿੱਚ ਟਲੀਆਂ ਹੋਈਆਂ ਬੜੀਆਂ ਹੀ ਸਾਦੀਆਂ ਜਾਪਦੀਆਂ ਹਨ ਕਵੀ ਕਹਿੰਦਾ ਹੈ ਮੈਨੂੰ ਇਹਨਾਂ ਦੇ ਚਿਹਰੇ ਬੜੇ ਸਾਦੇ ਜਾਪਦੇ ਹਨ ਜਿਵੇਂ ਬੇਨਕਾਬ ਹੋਣ ਤੇ ਇਹਨਾਂ ਦੇ ਦਿਲ ਬੜੇ ਸਾਫ਼ ਜਿਨ੍ਹਾਂ ਵਿੱਚ ਕੋਈ ਬੈਰ ਵਿਰੋਧ ਜਾਂ ਲਾਲਚ છੁਪਿਆ ਨਾ ਹੋਵੇ ਪਾਵ ਮਜ਼ਦੂਰ ਮੈਨੂੰ ਬੜੇ ਸਾਫ਼ ਦਿਲ ਲੱਗਦੇ ਹਨ ਜਿਨ੍ਹਾਂ ਦੇ ਮਨ ਵਿੱਚ ਦੂਜੇ ਲੋਕਾਂ ਲਈ ਮੈਲ ਨਹੀਂ ਹੁੰਦੀ ਮਜ਼ਦੂਰ ਮੈਨੂੰ ਝੋਲੇ ਪਾਲੇ ਲੱਗਦੇ ਹਨ ਤੇ ਇਹਨਾਂ ਦੀਆਂ ਗੱਲਾਂ ਵੀ ਝੋਲੀਆਂ ਪਾਲੀਆਂ ਚਾਪਦੀਆਂ ਹਨ ਇਹਨਾਂ ਦਾ ਸਬਰ ਇੰਨਾ ਵੱਡਾ ਹੈ ਕਿ ਉਸ ਦੇ ਸਾਹਮਣੇ ਇਹਨਾਂ ਦੀ ਗਰੀਬੀ ਵੀ ਨਿੱਕੀ ਚਈ ਜਾਪਦੀ ਹੈ ਇਹਨਾਂ ਦੀ ਤਕਣੀ ਮੈਨੂੰ ਤੇ ਮੇਰੇ ਮਨ ਨੂੰ ਠੰਡੀ ਪਾਲੀ ਵਾਂ ਸੀਤਲਤਾ ਦਿੰਦੀ ਹੈ ਕੇਂਦਰੀਪਾਪ ਕਵੀ ਕਹਿੰਦਾ ਹੈ ਕਿ ਮਜ਼ਦੂਰਾਂ ਦੇ ਝੋਲੇ ਪਾਲੇ ਚਿਹਰੇ ਤੇ ਉਹਨਾਂ ਦੀਆਂ ਜ਼ਿੰਦਗੀਆਂ ਬੜੀਆਂ ਸਾਦੀਆਂ ਹੁੰਦੀਆਂ ਹਨ ਉਹਨਾਂ ਦੇ ਮਨ ਨਿਰਛਲ ਹੁੰਦੇ ਹਨ ਉਹਨਾਂ ਦਾ ਸਬਰ ਸੰਤੋਖ ਇੰਨਾ ਵੱਡਾ ਹੁੰਦਾ ਹੈ ਕਿ ਉਹਨਾਂ ਦੀ ਗਰੀਬੀ ਵੀ ਛੋਟੀ ਜਾਪਦੀ ਹੈ